अस्सलाम वालेकुम। वालेकुम सलाम। की हाल है कुदरतुल्ला गल कर जी? बिस्मिल्लाह जी, चंगा मंगा वाले हो, ठीक हो? ਕੁਦਰਤ ਦਾ ਮੀਆਂ ਖੈਰਾ ਸਰ। ਅੱਛਾ ਕੁਦਰਤੁੱਲਾ ਸਾਹਿਬ, ਮੈਨੂੰ ਇਹ ਦੱਸੋ, ਛਾਂਗੇ ਮਾਂਗੇ ਦਾ ਜੰਗਲ ਘਟਿਆ ਹੈ ਕਿ ਵਧਿਆ? ਜੰਗਲ ਘਟਿਆ ਹੈ ਜੀ ਸਰ। ਕਿੰਨਾ ਕੁ ਘਟਿਆ ਹੈ? ਅਸਲ ਜਿਹੜਾ ਸਾਡਾ ਸਰਮਾਇਆ ਸੀ ਨਾ, ਉਹ ਖਤਮ ਹੋ ਗਿਆ ਜੀ। ਹਾਏ, ਬਾਕੀ ਤਾਂ ਹੁਣ ਫਜ਼ੂਲ ਚੀਜ਼ਾਂ ਨੇ ਉੱਥੇ, ਟਾਲੀਆਂ, ਪਿੱਪਲ, ਟਾਲੀਆਂ, ਤੂਤ, ਪਕੈਨ, ਇਹ ਚੀਜ਼ਾਂ ਖਤਮ ਹੋ ਗਈਆਂ। ਹੋਏ 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 ਕੰਜਰ ਕਿੱਕਰ ਹੀ ਬਚਿਆ, ਜਿਹੜਾ ਪਹਾੜੀ ਕਿੱਕਰ ਹੁੰਦਾ। ਹਾਂਜੀ, ਪਹਾੜੀ ਕਿੱਕਰ ਵੀ ਨੀ, ਤਕਰੀਬਨ ਜਿਹੜਾ ਬੋ ਵਾਲਾ ਕਿੱਕਰ ਨੀ ਹੁੰਦਾ, ਜਿਹੜਾ ਛੋਟਾ ਛੋਟਾ, ਉਹੀ ਕੇ ਉਹ ਭਾਈ ਉਹਨੂੰ ਕਹੀਦਾ ਛੋਟੇ ਛੋਟੇ ਨੂੰ ਹੀ। ਹਾਂਜੀ ਹਾਂਜੀ, ਉਹ ਬੜੀਆਂ ਤਿੱਖੀਆਂ ਤਿੱਖੀਆਂ ਸੂਲਾਂ। ਉਜਾੜ ਵਿੱਚ ਹੁੰਦਾ ਕਿ ਉੱਥੇ ਜਿੱਥੇ ਉਜਾੜਾ ਪਿਆ ਹੋਵੇ ਉੱਥੇ ਹੁੰਦਾ? ਹਾਂਜੀ ਸਰ, ਬਿਲਕੁਲ ਸਹੀ ਸਮਝੇ ਤੁਸੀਂ। ਉਹ ਤੇ ਮਤਲਬ ਉਜਾੜ ਦੀ ਨਿਸ਼ਾਨੀ ਹੈ ਨਾ, ਅਸਲ ਵਿੱਚ ਸਫੈਦਾ ਸਾਡੀ ਧਰਤੀ ਦਾ ਨਹੀਂ ਹੈ। ਹਾਂਜੀ, ਇਹ ਮਤਲਬ ਨੁਕਸਾਨ ਦਿੰਦਾ ਹੈ। ਇੱਕ ਤੇ ਪੋਲਨ ਦੀ ਜਿਹੜੀ ਹੈ ਨਾ ਰੇਸ਼ੋ, ਹਵਾ ਦੇ ਵਿੱਚ ਨਮੀ ਵੈਸੇ ਬਹੁਤ ਜ਼ਿਆਦਾ ਹੁੰਦੀ ਹੈ। ਇਹ ਜਿੱਥੇ ਜ਼ਿਆਦਾ ਹੋਏਗਾ ਉੱਥੇ ਸਾਹ ਦੇ ਮਸਾਇਲ ਪੈਦਾ ਹੋਣਗੇ, ਸਾਹ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਬਿਲਕੁਲ ਸਹੀ ਗੱਲ ਸਰ, ਇਹ ਫਾਰਮੈਲਿਟੀ ਪੂਰੀ ਕੀਤੀ ਜੀ ਜੰਗਲ ਦੇ ਵਿੱਚ ਇਹਨਾਂ ਨੇ। ਓਏ ਹੋਏ, ਮੈਨੂੰ ਤਾਂ ਦਰਖਤ ਵਾਹ ਭੁੱਖ ਲੱਗ ਗਿਆ। ਹਾਂਜੀ, ਹੋਰ ਤੁਸੀਂ ਸੁਣਾਓ, ਠੀਕ ਹੋ? ਅੱਲਾ ਦਾ ਸ਼ੁਕਰ ਸਰ, ਪ੍ਰੋਗਰਾਮ ਮਾਸ਼ਾਅੱਲਾ ਸੁਣ ਰਿਹਾ ਮੈਂ, ਮੁੱਢ ਤੋਂ ਲੱਗ ਤੇ ਐਂਡ ਤੱਕ ਪਾਂਦ ਹੋਣਾ ਲਈ ਹੁਣ। ਮਾਸ਼ਾਅੱਲਾ, ਬੜਾ ਪਿਆਰਾ ਪ੍ਰੋਗਰਾਮ, ਬੜਾ ਅੱਛੀਆਂ ਅੱਛੀਆਂ ਤੁਸੀਂ ਗੱਲਾਂ ਦੱਸੀਆਂ ਨੇ, ਤੇ ਸਾਨੂੰ ਸਿੱਖਣਾ ਚਾਹੀਦਾ, ਇਹਨਾਂ ਤੋਂ ਕੋਈ ਸਬਕ ਲੈਣਾ ਚਾਹੀਦਾ ਸਰ। ਬਿਲਕੁਲ ਸਹੀ। ਇੱਕ ਤੁਸੀਂ ਗੱਲ ਕੀਤੀ ਨਾ ਫੋਨ ਦੇ ਮੁਤਲਕ ਜੀ, ਉਹ ਹਾਂਜੀ ਫੋਨ ਸੁਣਦੇ ਸਨ, ਇੱਕ ਮੁਕਦਮੇ ਦੀ ਗੱਲ ਕੀਤੀ। ਵੇਖ ਲੋ, ਕਈਆਂ ਦੀ ਮਜਬੂਰੀ ਹੁੰਦੀ ਜੇ, ਇੱਥੋਂ ਤੀਕਰ ਬੰਦਿਆਂ ਨੂੰ ਨਹੀਂ ਪਹੁੰਚਣਾ ਚਾਹੀਦਾ ਕਿ ਵੇਖਣ ਹੁਣ ਕੋਈ ਕਾਲਾਂ FM 95 ਦੇ ਕਰਦੀਆਂ ਨੇ ਬੀਬੀਆਂ, ਉਹਨਾਂ ਦੀ ਵੀ ਮਜਬੂਰੀ ਹੁੰਦੀ, ਹੁਣ ਬੰਦਾ ਆ ਕੇ ਰੋਟੀ ਪਕਾ। ਨਹੀਂ ਨਹੀਂ, FM 95 ਇੱਕ ਓਪਨ ਫੋਰਮ ਹੈਗਾ ਹੈ ਨਾ, ਉੱਥੇ ਕਿਸੇ ਇੱਕ ਨਾਲ, ਹਾਂ ਉੱਥੇ ਕਿਸੇ ਇੱਕ ਨਾਲ ਗੱਲ ਨਹੀਂ ਹੋ ਰਹੀ ਹੁੰਦੀ। ਹਾਂ ਬਿਲਕੁਲ ਸਹੀ ਹੈ, ਤੇ ਉਹ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ। ਅੱਛਾ ਕੁਦਰਤੁੱਲਾ ਸਾਹਿਬ, ਇਸ ਤਰ੍ਹਾਂ ਇੱਕ ਅਸੀਂ ਕਰ ਸਕਦੇ ਹਾਂ ਕਿ ਸਾਰੇ ਸੱਜਣ ਸੁਣ ਰਹੇ ਨੇ, ਸਾਰੇ ਪਿਆਰੇ ਸੁਣ ਰਹੇ ਨੇ, ਸਾਰੇ ਬੇਲੀ ਸੁਣ ਰਹੇ ਨੇ, ਸਾਰੀਆਂ ਸਹੇਲੀਆਂ ਸੁਣ ਰਹੀਆਂ ਨੇ, ਅਸੀਂ ਜਿੰਨੇ ਕੁ ਰੁੱਖ ਲਾ ਸਕਦੇ ਹਾਂ ਨਾ ਆਪਣੀ ਪਹੁੰਚ, ਜਿੰਨੀ ਵੀ ਸਾਡੀ ਕੋਈ ਇੱਕ ਰੁੱਖ, ਦੋ, ਚਾਰ, ਦਸ, ਜਿੰਨੇ ਵੀ ਲਾ ਸਕਦੇ ਹਾਂ, ਅਸੀਂ ਰੁੱਖ ਜ਼ਰੂਰ ਲਾਈਏ। ਸਰ ਮੈਂ ਤੁਹਾਡੇ ਕਿਵੇਂ, ਇੰਗਲਿਸ਼ ਤਾਂ ਮੈਨੂੰ ਆਉਂਦੇ ਨੀ ਆਉਂਦੇ ਨੇ, ਤਬਸਮ ਨਾਲ ਕਿ ਤਮਸਮ ਨਾਲ, ਤੁਸੀਂ ਮਾਸ਼ਾਅੱਲਾ ਅੱਛੀ ਬੈਰੋਕ੍ਰੇਸੀ ਚ ਵੀ ਤੁਹਾਡਾ ਤਲਕ ਵਾਸਤਾ ਹੈ। ਮੈਂ ਇੱਕ ਗੱਲ ਕਰਨਾ ਚਾਹਣਾ ਕਿ ਕਿਸੇ ਆਲਾ ਹੁਕਮਰਾਨ ਤੀਕਰ, ਮਹਿਕਮੇ ਜੰਗਲਾਤ ਦੇ ਕੋਈ ਬੰਦੇ ਨੇ ਜਾਂ ਕੋਈ ਮਿਨਿਸਟਰ ਹੈ ਜਾਂ ਕਿਸੇ ਕਿਸਮ ਦਾ ਵੀ ਹੈ ਨਾ ਜੀ, ਇਹ ਜਿਹੜੇ ਸਰ ਸਾਡੀਆਂ ਅੱਗੇ ਨਹਿਰਾਂ ਤੇ ਸੜਕਾਂ ਸਨ ਨਾ, ਰੋਡ, ਹਾਂਜੀ, ਇਹ ਬਿਲਕੁਲ ਖਾਲੀ ਹੋ ਗਏ ਨੇ ਦਰਖਤਾਂ ਤੋਂ। ਹਾਂ, ਇੱਥੇ ਬਹੁਤ ਰੁੱਖ ਸਨ ਔਰ ਇੱਥੇ ਰੁੱਖ ਬਲਕਿ ਤੇਜ਼ੀ ਨਾਲ ਵੱਧਦੇ ਨੇ, ਉਹਨਾਂ ਨੂੰ ਖੁਰਾਕ ਬੜੀ ਅੱਛੀ ਮਿਲਦੀ ਹੈ। ਬਿਲਕੁਲ ਸਰ, ਮੈਂ ਇਹੀ ਗੱਲ ਕਰਨਾ ਚਾਹਣਾ, ਜੇ ਕੋਈ ਅਗਰ ਤੁਸੀਂ ਕਿਸੇ ਤੱਕ ਪਹੁੰਚਾਓ ਜਾਂ ਕੋਈ ਸੁਣਦਾ ਪਿਆ ਹੋਵੇ। ਅੱਛਾ, ਇਹ ਪਾਲਿਸੀ ਦੇ ਵਿੱਚ ਨਾ ਮੈਂ ਦੱਸਣਾ ਹੈ ਕੁਦਰਤੁੱਲਾ ਸਾਹਿਬ, ਇਹ ਪਾਲਿਸੀ ਵਿੱਚ ਸ਼ਾਮਲ ਹੈ ਕਿ ਰੁੱਖ ਜ਼ਿਆਦਾ ਲਾਣੇ ਨੇ, ਬਲਕਿ ਜਿਹੜੇ ਨਹਿਰਾਂ ਦੀਆਂ ਪਟੜੀਆਂ ਨੇ ਜਾਂ ਉਹਨਾਂ ਦੇ ਕੰਢਿਆਂ ਤੇ ਜ਼ਿਆਦਾ ਲਾਣੇ ਨੇ, ਔਰ ਕੰਢਿਆਂ ਤੇ ਅਸੀਂ ਨਿੱਕਾ ਮੋਟਾ ਜੰਗਲ ਵੀ ਜਿਹੜਾ ਨਾ ਹੁਣ ਤੇ, ਬਲਕਿ ਉਹ ਮੈਂ ਕੱਲ੍ਹ ਇੱਕ ਡਾਕੂਮੈਂਟਰੀ ਵੇਖ ਰਿਹਾ ਸਾਂ, ਉਹ ਕਹਿ ਰਹੇ ਕਿ ਹੁਣ ਤੇ ਤੁਹਾਡੇ ਇੱਕ ਕਿੱਲੇ ਵਿੱਚ ਇੱਕ ਕਨਾਲ ਦੇ ਵਿੱਚ ਜੰਗਲ ਲੱਗ ਸਕਦਾ। ਬਿਲਕੁਲ ਲੱਗ ਸਕਦਾ, ਉਹਦੇ ਉਹ ਉਹਨਾਂ ਨੇ ਬਕਾਇਦਾ ਲਾ ਕੇ ਵਿਖਾਇਆ ਕਿ ਸਾਡੀ ਹਵਾ ਨੂੰ ਔਰ ਜ਼ਮੀਨ ਨੂੰ ਕਿੰਨਾ ਫਾਇਦਾ ਹੁੰਦਾ ਔਰ ਪਾਣੀ ਦੀ ਸਤ੍ਹਾ ਜਿਹੜੀ ਹੈ ਉਹ ਬਹੁਤ ਥੱਲੇ ਨਹੀਂ ਜਾਂਦੀ, ਜਿੱਥੇ ਜ਼ਿਆਦਾ ਰੁੱਖ ਹੋਣਗੇ ਉੱਤੇ ਆਏਗੀ ਪਾਣੀ ਦੀ ਸਤ੍ਹਾ ਉੱਤੇ, ਔਰ ਸਾਫ਼ ਸੁਥਰਾ ਪਾਣੀ ਵੀ ਸਾਫ਼ ਹੋਏਗਾ, ਮਿੱਠਾ ਹੋਏਗਾ ਪਾਣੀ। ਬਿਲਕੁਲ ਜੀ, ਗਰਮੀ ਦੀ ਸ਼ਿੱਦਤ ਚ ਵੀ ਬੜੀ ਕਮੀ ਆਏਗੀ, ਆਬੋ ਹਵਾ ਵੀ ਬੜੀ ਸੋਹਣੀ, ਹਵਾ ਸਾਫ਼ ਹੋਏਗੀ, ਹਵਾ ਜ਼ਿਆਦਾ ਹੋਏਗੀ, ਆਕਸੀਜਨ ਜ਼ਿਆਦਾ ਹੋਏਗੀ। ਅਸੀਂ ਤਾਂ ਕੋਸ਼ਿਸ਼ ਕਰਨੇ ਆ ਜੀ, ਜ਼ਿਮੀਦਾਰਾਂ ਨੂੰ ਵੀ ਦੱਸੀਦਾ ਹੈ ਵੀ ਤੁਸੀਂ ਜਿਹੜੇ ਤੁਹਾਡੇ ਖਾਲ ਨੇ, ਬੰਨੇ ਨੇ, ਆਪਣਾ ਇੱਕ ਇੱਕ ਏਕੜ ਦੇ ਤੁਸਾਂ ਜਿਹੜੇ ਵਿੱਚ ਛੋਟੇ ਬੰਨੇ ਬਣਾਏ ਹੁੰਦੇ ਨੇ, ਉਹਨਾਂ ਤੇ ਵੀ ਦਰਖਤ 10-10 ਫੁੱਟ ਦੇ ਵਾਏ ਤੇ ਤਾਂ ਲਾਜ਼ਮੀ ਲਾਣਾ ਚਾਹੀਦਾ। ਅੱਛਾ, ਇਹ ਗੱਲ ਇਹ ਮੈਂ ਸੋਚ ਰਿਹਾ, ਇਹਦੇ ਬਾਰੇ ਕੋਈ ਅਸੀਂ ਸੈਮੀਨਾਰ ਵੀ ਅਰੇਂਜ ਕਰਨੇ ਆ, ਬੁਲਾਉਣੇ ਆ, ਸੁਣਦੇ ਕਹਿੰਦੇ ਜਿਹੜੇ ਲੋਕ ਨੇ ਉਹਨਾਂ ਨੂੰ ਬੁਲਾਉਂਦੇ ਆ, ਲੇਕਿਨ ਅਸੀਂ ਆਪਣੀ ਸਤ੍ਹਾ ਆਪਣੇ ਤਾਈਂ ਜਿਹੜਾ ਨਾ, ਜਿਵੇਂ ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨੇ ਆ ਬਜਾਏ ਨਿਜ਼ਾਮ ਨੂੰ ਬਦਲਣ ਦੇ, ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਆਪ ਨੂੰ ਬਦਲੀਏ।
ਆਪਣੇ ਆਪ ਚ ਬਦਲਾਵ ਲਿਆਏਗਾ। ਤੁਸੀਂ ਗੱਲ ਬਹੁਤ ਪਸੰਦ ਆਉਂਦੀ ਮੈਨੂੰ, ਮੈਂ ਯਕੀਨ ਕਰੋ ਮੇਰਾ ਟਾਰਗੇਟ ਹੁੰਦਾ ਜਦੋਂ ਮੈਂ ਕਿਤੇ ਜਾਣਾ ਆਣਾ ਨਾ, ਮੈਂ ਰੋਡ ਵੇਖਣਾ, ਮੈਂ ਖਾਲੇ ਬੰਨੇ ਵੇਖਣਾ, ਉਹ ਇੱਕ ਜਿਵੇਂ ਜ਼ਿਹਨ ਦੇ ਵਿੱਚ ਹੁੰਦੀ ਨੀ ਚੀਜ਼, ਹਾਂਜੀ ਹਾਂਜੀ, ਉਹ ਚੀਜ਼ ਨੂੰ ਮੱਦੇਨਜ਼ਰ ਰੱਖੀਦਾ ਕਿ ਯਾਰ ਇੱਥੇ ਇੰਨੇ ਦਰਖਤ ਲੱਗ ਸਕਦੇ, ਇੱਥੇ ਵੇਖੋ ਨਾ ਪਾਣੀ ਦੀ ਵੀ ਕੋਈ ਕਮੀ ਨੀ ਹੈਗੀ, ਇੱਥੇ ਦਰਖਤ ਨੂੰ ਹਿਫਾਜ਼ਤ ਵੀ ਹੋਵੇ, ਵੀ ਇੱਥੇ ਦਰਖਤ ਹੋਣਾ ਚਾਹੀਦਾ ਸੀ, ਕਿਉਂ ਨੀ ਹੋਇਆ, ਇੰਨਾ ਏਰੀਆ ਖਾਲੀ ਕਿਉਂ ਪਿਆ। ਇਹ ਤੁਹਾਡੀ ਗੱਲ ਆ ਨਾ, ਤੁਸੀਂ ਮੈਂ ਬੜਾ ਅੱਛਾ ਲੱਗਦਾ ਤੁਸੀਂ ਜਿਹੜਾ ਦਰਖਤਾਂ ਦੇ ਗੱਲ ਕਰਦੇ ਜੇ ਨਾ, ਜਦੋਂ ਮੈਂ ਚੰਗੇ ਮੰਗੇ ਵਾਲਾ ਸਾਹਿਬ ਕਰਕੇ ਗੱਲ ਕਰਨਾ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਤੁਹਾਡੀ ਗੱਲ ਸੁਣ ਕੇ, ਤੇ ਤੁਸੀਂ ਇਸ ਨੂੰ ਮੱਦੇਨਜ਼ਰ ਰੱਖਦੇ ਜੇ, ਤੁਸੀਂ ਜ਼ਿਹਨ ਚ ਰੱਖਦੇ ਜੇ, ਤੁਹਾਨੂੰ ਇਸ ਚੀਜ਼ ਦਾ ਸ਼ਹੂਰ ਹੈ, ਤੇ ਬਹੁਤ ਅੱਛਾ ਲੱਗਦਾ ਸਰ ਤੁਸੀਂ ਜਦੋਂ ਮੇਰੇ ਨਾਲ ਸ਼ੇਅਰ ਕਰਦੇ ਜੇ ਨਾ ਜ਼ਖੀਰੇ ਦੇ ਮਤਲਬ। ਬਾਕੀ ਵੀ ਆਪਣੇ ਸੇਨ ਚ ਆਪਦੇ ਆਸੇ ਪਾਸੇ ਜਿੱਥੇ ਵੀ ਹੋਵੇ ਸਾਨੂੰ ਬਿਲਕੁਲ ਪੌਦਾ ਲਾਣਾ ਚਾਹੀਦਾ, ਬੂਟੇ ਲਾਣੇ ਚਾਹੀਦੇ, ਹਰਿਆਵਲ ਲਾਣੀ ਚਾਹੀਦੀ, ਜਿੰਨੀ ਜ਼ਿਆਦਾ ਹਰਿਆਲੀ ਹੋਏਗੀ ਮਾਹੌਲ ਸਾਫ਼ ਹੋਏਗਾ, ਮਾਹੌਲ ਸਾਫ਼, ਛੋਟੀ ਜੀ ਸਾਡੀ ਇੱਕ ਦੁਨੀਆਂ ਤੇ ਜੰਨਤ ਬਣ ਜਾਂਦੀ ਹੈ ਬਿਲਕੁਲ ਦਰਖਤਾਂ ਦੇ ਨਾਲ, ਤੇ ਬੜਾ ਖੂਬਸੂਰਤ ਲੱਗਦਾ ਹੈ ਬਿਲਕੁਲ, ਤੇ ਆਉਣ ਵਾਲੀਆਂ ਨਸਲਾਂ ਤੇ ਬੜਾ, ਚਲੋ ਸਾਨੂੰ ਕੁਛ ਨੀ, ਹੁਣ ਅੱਗੇ ਆਉਣ ਵਾਲਾ ਜਿਹੜਾ ਕੋਈ 10-20 ਸਾਲ ਉਹਨਾਂ ਵਾਸਤੇ ਤੇ ਕੁਛ ਕਰ ਲਈਏ ਨਾ, ਅਸੀਂ ਉਹਨਾਂ ਵਾਸਤੇ ਜੋ ਕਰ ਸਕਦੇ ਕਰ ਲਈਏ ਜੀ। ਬਹੁਤ ਮਿਹਰਬਾਨੀ ਜੀ, ਬੜੀ ਮਿਹਰਬਾਨੀ ਯੂਸਫ ਸਾਹਿਬ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।